ਸਭ ਤੋਂ ਜ਼ਰੂਰੀ ਆ ਬਦਲਾਵ ਜੇ ਸਰੀਰ ਬਣਾਉਣਾ ਜਾਂ ਜ਼ਿੰਦਗੀ ਬਣਾਉਣੀ ਆ ਹੁਣ ਮੇਰੇ ਆਪ ਦੇ ਚ ਬਹੁਤ ਆਇਆ ਪਹਿਲਾਂ ਹੈਰੀ ਮਡੇਰ ਹਣੀ 6 ਮੀਲਾ ਫੋਲੋ ਕਰਦੇ ਸੀ ਕਹਿੰਦੇ 6 ਮੀਲਾ ਖਾਓ ਹੁਣ ਮੈਂ ਕਹਿੰਦਾ ਇੰਟਰਮੀਟ ਫਾਸਟਿੰਗ ਕਰੋ ਇੱਕ ਵੀਰ ਦਾ ਕਮੈਂਟ ਵੀ ਆਇਆ ਸੀ ਵੀਰ ਕਹਿੰਦਾ ਤੁਸੀਂ ਪਹਿਲਾਂ ਕਹਿੰਦੇ ਸੀਗੇ ਕਿ ਮਾਸਟਰਬੇਸ਼ਨ ਨਾਲ ਮਸਲ ਗੇਨ ਹੁੰਦੇ ਨੇ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਬ੍ਰਹਮਚਾਰੀ ਰੂਲ ਫੋਲੋ ਕਰੋ ਕਿ ਮਾਸਟਰਬੇਸ਼ਨ ਘੱਟ ਕਰੋ ਇੱਕ ਵੀਰ ਕਹਿੰਦਾ ਸੀ ਕਿ ਤੁਸੀਂ ਪਹਿਲਾਂ ਰੈੱਡ ਮੀਟ ਖਾਣ ਨੂੰ ਕਹਿੰਦੇ ਸੀ ਤੇ ਹੁਣ ਤੁਸੀਂ ਆਪ ਪਿਓਰ ਵੈਜੀਟੇਨ ਹੋ ਗਏ ਹੁਣ ਮਾਸ ਜਾਂ ਨਾਨ ਵੈਜ ਤੋਂ ਸ਼ੁਰੂ ਕਰਦੇ ਆਂ ਜਿੱਥੇ ਗੱਲ ਮਾਸ ਖਾਣ ਦੀ ਆਉਂਦੀ ਆ ਇਹ ਤੁਹਾਡੇ ਆਪ ਦੇ ਮਨ ਤੇ ਆ ਤੁਹਾਡੀ ਆਪ ਦੀ ਜ਼ਿੰਦਗੀ ਆ ਤੁਹਾਡੇ ਆਪ ਦੇ ਗੋਲ ਤੇ ਆ ਮੈਂ ਤੁਹਾਨੂੰ ਕਦੇ ਨਹੀਂ ਕਹੂੰਗਾ ਕਿ ਤੁਸੀਂ ਵੈਜ ਖਾਓ ਜਾਂ ਨਾਨ ਵੈਜ ਖਾਓ ਤੁਸੀਂ ਆਪ ਦਾ ਦੇਖਣਾ ਇਹ ਵੀਡੀਓ ਦਾ ਮੇਨ ਟੌਪਿਕ ਇਹ ਆ ਕਿ ਤੁਸੀਂ ਆਪਣੇ ਆਪ 'ਚ ਬਦਲਾਅ ਕਰਨਾ ਲੋਕਾਂ ਦੀ ਨਹੀਂ ਸੁਣਨੀ ਚੀਜ਼ਾਂ ਆਪਣੇ ਤੇ ਅਪਲਾਈ ਕਰਨੀਆਂ ਨੇ ਜਿਵੇਂ ਕਹਿੰਦੇ ਨੇ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਇਹੀ ਆਪਣੇ ਆਪ ਨੂੰ ਜਿੱਤਣ ਦਾ ਮੇਨ ਇੱਕ ਟਿਪਸ ਆ ਤੁਹਾਡੇ ਲਈ ਹੁਣ ਮੁੰਡਾ ਨੇਜਾ ਸਿੱਟਦਾ 올ੰਪੀਆ ਜਿੱਤਦਾ ਰਹਿੰਦਾ ਨੀਰ ਚੋਪੜਾ ਉਹਦੀ ਮੈਂ ਇੰਟਰਵਿਊ ਦੇ ਦਿੱਤਾ ਸੀ ਉਗਰਨਾ ਮੈਂ ਕੋਸ਼ਿਸ਼ ਮੀਲਾ ਵੈਜੀਟੇਨ ਖਾਣਾ ਮੈਨੂੰ ਲਾਈਕ ਵੈਜੀਟੇਨ ਫੂਡ ਆ ਪਰ ਮੈਂ ਮੇਰਾ ਭਾਰ ਵਧਣ ਲੱਗ ਗਿਆ ਸੀ ਮਿਹਨਤ ਬਹੁਤ ਸੀ ਉਹਦੇ ਕਰਕੇ ਮੈਨੂੰ ਕੋਸ਼ਿਸ਼ ਵਾਰ ਮੀਲਾਂ ਦੇ ਵਿੱਚ ਨਾਨ ਵੈਜ ਵੀ ਐਡ ਕਰਨਾ ਪੈਂਦਾ ਪਰ ਉਹ ਕਹਿੰਦਾ ਹੁਣ ਮੇਰਾ ਜਿਹੜਾ ਕਰਮ ਉਹੀ ਧਰਮਾ ਕਰਾਂ ਮੈਂ ਉਹਦੇ ਕਰਕੇ ਖਾ ਰਿਹਾ ਕਨ ਜਦੋਂ ਮੈਂ ਗੇਮ ਖੇਡਣੋਂ ਹਟ ਗਿਆ ਕਰਾਂ ਮੈਂ ਛੱਡ ਦੇਣਾ ਮਤਲਬ ਤੁਹਾਡੇ ਆਪ ਦੇ ਤੇ ਡਿਪੈਂਡ ਆ ਵਿਰਾਟ ਕੋਹਲੀ ਪਹਿਲਾਂ ਖਾਂਦਾ ਸੀ ਹੁਣ ਖਾਂਦਾ ਨਹੀਂ ਹੁਣ ਕਿਹੜਾ ਉਹਦੀ ਮਤਲਬ ਗੇਮ ਘੱਟ ਗਈ ਸੋ ਹਰ ਇੱਕ ਬੰਦੇ ਨੇ ਤੁਹਾਨੂੰ ਆਪ ਦਾ ਆਪ ਦਾ opinion ਦੇਣਾ ਇੱਥੇ ਕਨਫਿਊਜ਼ਨ ਬਹੁਤ ਆ ਬਹੁਤ ਸਭ ਤੋਂ ਵਧੀਆ ਚੀਜ਼ ਆ ਕਿ ਆਪਣੇ ਸਰੀਰ ਤੇ ਕਰਕੇ ਦੇਖੋ ਪਹਿਲਾਂ ਮੈਂ ਹੁਣ 9:00 ਵਜੇ ਜਦੋਂ ਐਗੀ ਟੇਨ ਹੋ ਗਿਆ ਕਿ ਮੈਂ ਆਂਡੇ ਖਾ ਲੈਂਦਾ ਸੀ ਹੁਣ ਮੈਂ 5-10 ਦਿਨਾਂ ਦੇ ਆਂਡੇ ਵੀ ਛੱਡੇ ਹੋਏ ਨੇ ਮੇਰੇ ਮੰਮੀ ਕਹਿੰਦੇ ਕਹਿੰਦੇ ਤੂੰ ਜਿੰਮ ਕਰਦਾ ਮਿਹਨਤ ਕਰਦਾ ਕਹਿੰਦੇ ਇਹ ਤਾਂ ਖਾ ਲਿਆ ਕਰ ਕਹਿੰਦੇ ਕਿੱਥੋਂ ਤੂੰ ਆਪਣੀ ਖਰਾਕ ਪੂਰੀ ਕਰੇਗਾ ਹੁਣ ਦੇਖੋ ਮੈਂ ਪਸੰਦ ਕਰਦਾ ਐਕਸਪੈਰੀਮੈਂਟ ਕਰਨੇ ਆ ਆਪਣੇ ਆਪ ਤੇ ਕਿਉਂਕਿ ਮੈਂ ਸੁਣੀ ਹੋਈਆਂ ਗੱਲਾਂ ਤੇ ਨਹੀਂ ਯਕੀਨ ਕਰਨਾ ਕਿਉਂਕਿ ਮੈਂ 2-3 2-4 ਹੋ ਲੈਗ ਦਿਨ ਦੇ ਖਾਂਦਾ ਸੀ ਜਾਂ ਹੋਰ ਫੂਡ ਖਾਂਦਾ ਸੀ ਹੁਣ ਮੈਂ ਉਹੀ ਦੇਸੀ ਕਿਉਂ ਵਧਾ ਲਿਆ ਬਾਕੀ ਹੋਰ ਮਤਲਬ ਯੀ ਨਾ ਤੋਂ ਮੈਨੂੰ ਲੱਗਦਾ ਕਿ ਮੈਂ ਆਪਣੀ ਕੈਲਰੀ ਪੂਰੀ ਕਰ ਲਵਾਂ ਜਾਂ ਖਰਾਕ ਪੂਰੀ ਕਰ ਲਵਾਂ ਪਰ ਮੈਂ ਫੇਰ ਕਹਣਾ ਇਹ ਤੁਹਾਨੂੰ ਕਿਸੇ ਨੂੰ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਵੀ ਡਾਈਟ ਕਰੋ ਤੁਹਾਡੀ ਆਪ ਦੀ ਮਰਜ਼ੀ ਹੈ ਮੇਰੇ ਨਾਲ ਬਹੁਤ ਸਾਰੇ ਹੁਣ ਕਲਾਇੰਟ ਨਾਨ ਵੇਜ ਵੀ ਚੱਲ ਰਹੇ ਨੇ ਵੇਜ ਜੀ ਵੀ ਚੱਲ ਰਹੇ ਨੇ ਹੁਣ ਮੈਨੂੰ ਕਲਾਇੰਟ ਇਹ ਵੀ ਪੁੱਛਦੇ ਨੇ ਕਿ ਬਾਈ ਤੁਸੀਂ ਦੱਸ ਦੋ ਕਿ ਕਿਹੜੀ ਡਾਈਟ ਵਧੀਆ ਤੁਸੀਂ ਪਿਓਰ ਵੇਜ ਲਾਉਣਾ ਪਿਓਰ ਵੇਜ ਲਾ ਦਿਓ ਨਾਨ ਵੇਜ ਲਾਉਣਾ ਨਾਨ ਵੇਜ ਲਾ ਦਿਓ ਮੈਂ ਸਿੱਧਾ ਕਹਿੰਦਾ ਵੀਰੇ ਮੈਂ ਕੁਝ ਨਹੀਂ ਦੱਸਣਾ ਫੂਡ ਪ੍ਰੇਫਰੈਂਸ ਤੁਹਾਡੀ ਆ ਤੁਹਾਡਾ ਮਨ ਕੀ ਕਹਿੰਦਾ ਕਿਉਂਕਿ ਜੇ ਮੈਂ ਤੁਹਾਨੂੰ ਵੈਜੀ ਵੀ ਲਾਤੀ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਰਹਿ ਗਈ ਕਿ ਯਾਰ ਨਾਨ ਵੈਜੀਟਾਈਡ ਵਧੀਆ ਫਿਰ ਤੁਹਾਨੂੰ ਵੈਜੀਟਾਈਡ ਨਹੀਂ ਰਿਜ਼ਲਟ ਨਹੀਂ ਦੇਣੇ ਮਤਲਬ ਕੋਈ ਵੀ ਡਾਈਟ ਕਰ ਲਓ ਜਦੋਂ ਤੁਹਾਡੇ ਮਨ ਦੇ ਵਿੱਚ ਬ੍ਰੇਨ ਤਕੜੀ ਬਹੁਤ ਚੀਜ਼ ਆ ਜਦੋਂ ਤੁਹਾਡੇ ਬ੍ਰੇਨ ਦੇ ਵਿੱਚ ਇਹ ਵਹਿਮ ਵਹਿ ਗਿਆ ਕਿ ਆਹ ਡਾਈਟ ਨਾਲ ਕੁਝ ਨਹੀਂ ਹੋਣਾ ਜਾਂ ਨਾਨ ਵੈਜ ਨਾਲ ਕੁਝ ਨਹੀਂ ਹੋਣਾ ਜਾਂ ਬਿਨਾ ਸਟੀਰੋਇਡ ਤੋਂ ਸਰੀਰ ਨਹੀਂ ਬਣਦਾ ਫਿਰ ਉਹ ਤੁਹਾਡਾ ਨਹੀਂ ਬਣਦਾ ਕਿਉਂਕਿ ਦਿਮਾਗ 'ਚ ਜਿਹੜੀ ਬੈਠੀ ਚੀਜ਼ ਆ ਉਹੀ ਸਰੀਰ ਤੇ ਅਪਲਾਈ ਹੋਣੀ ਆ ਇਹਦਾ ਬੜੀਆਂ ਬੜੀਆਂ ਬਿਮਾਰੀਆਂ ਠੀਕ ਕਰ ਦਿੰਦਾ ਤੇ ਬੜੀਆਂ ਬੜੀਆਂ ਬਿਮਾਰੀਆਂ ਲਾ ਦਿੰਦਾ ਤੁਹਾਨੂੰ ਜੇ ਤੁਸੀਂ ਬਹਿਮੀ ਹੋ ਤਾਂ ਕਰਕੇ ਮੀਟ ਖਾਣ ਦੀ ਹੁਣ ਬਦਲਾਅ ਆਪ ਤਾਂ ਹੋਣੀ ਆ ਮੈਂ ਤਾਂ ਆਪਣੇ ਆਪ ਤੇ ਕਰਕੇ ਦੇਖਣੇ ਨੇ ਕਿਉਂਕਿ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਕਿ ਇੱਕੇ ਚੀਜ਼ ਤੇ ਚੇਪੀ ਹੋ ਜਾਵਾਂ ਜਾਂ ਇੱਕੇ ਚੀਜ਼ ਤੇ ਮੈਂ ਕੁੰਡਲੀ ਮਰੀ ਸਾਪਮਾ ਬੈਠਾ ਰਹਾ ਕਹਿੰਗੇ ਇੱਥੇ ਦੁਨੀਆ ਤੇ ਸੂਰਜਾਂ ਦੀ ਵੀ ਉਮਰ ਖਤਮ ਹੋ ਰਹੀ ਆ ਵਿਗਿਆਨੀ ਚੰਦ ਤੇ ਪਹੁੰਚ ਗਏ ਬੰਦਾ ਨਵੀਆਂ ਧਰਤੀਆਂ ਲੱਭਦਾ ਫਿਰਦਾ ਉਹ ਕਹਿੰਦਾ ਵੀ ਸਾਨੂੰ ਸ਼ਾਇਦ ਇਹ ਲੱਗਦਾ ਕਿ ਇਹ ਜਿਹੜੀ ਧਰਤੀ ਆ ਇਹ ਇਨਸਾਨਾਂ ਦੇ ਰਹਿਣ ਲਾਇਕ ਸ਼ਾਇਦ ਅੱਗੇ ਨਹੀਂ ਰਹੂਗੀ ਇਨਸਾਨੀਅਤ ਨੂੰ ਬਚਾਉਣ ਲਈ ਹੋਰ ਚੀਜ਼ਾਂ ਲੱਭਦਾ ਫਿਰਦਾ ਕਿੱਥੇ ਹੋਰ ਜੀਵਨ ਹੁਣ ਚੰਦ ਤੇ ਪਹੁੰਚਣ ਲਈ ਕਿੰਨੇ ਖਰਚਾ ਆਉਂਦਾ ਚੰਦ ਤੇ ਪਹੁੰਚਣ ਲਈ ਵੀ ਕਿਉਂ ਚੀਜ਼ਾਂ ਕਰ ਰਹੇ ਨੇ ਕਿਉਂਕਿ ਬੰਦਾ ਹੁਣ ਦੇਖੂ ਗਈ ਮਰਦਾ ਬੰਦਾ ਸਾਰੀਆਂ ਚੀਜ਼ਾਂ ਦੇਖਦਾ ਬਦਲਾਅ ਉਹ ਦੇਖਦਾ ਕਿ ਹਾਂ ਅਸੀਂ ਹੋਰ ਕਿੱਥੇ ਜਾ ਕੇ ਰਹਿ ਸਕਦੇ ਆ ਜਾਂ ਫਿਰ ਸਾਨੂੰ ਇਦਾਂ ਦੇ ਬਿਮਾਰੀਆਂ ਆਉਂਦੀਆਂ ਨੇ ਕਿ ਸ਼ਾਇਦ ਸਾਨੂੰ ਕੋਈ ਇਦਾਂ ਦੀ ਦਵਾਈ ਲੱਭ ਜਵੇ ਜਿਹਦੇ ਨਾਲ ਸਾਡੇ ਕੋਈ ਇਲਾਜ ਹੋ ਸਕਣਾ ਕਿਉਂਕਿ ਹੁਣ ਕਰੋਨਾ ਆ ਗਿਆ ਸੀਗਾ ਆਪਾਂ ਦੇਖਿਆ ਹੀ ਆ ਥੋੜਾ ਜਿਆਦਾ ਵੱਧ ਜਾਂਦੇ ਨੇ ਪਤਾ ਹੀ ਸਾਰਿਆਂ ਦਾ ਪਟਾਕਾ ਤਾਂ ਕਰਕੇ ਇੱਥੇ ਕੁਝ ਪਤਾ ਨਹੀਂ ਵੀ ਕੀ ਹੋਣਾ ਕਿਉਂਕਿ ਇਹ ਤਾਂ ਹੋਣਾ ਹੀ ਆ ਬਦਲਾਅ ਆਪ ਤਾਂ ਹੋਣੀ ਆ ਭਰਾਵੋ ਹੁਣ ਜਿਹਨੇ ਜਿਹੜੇ ਬੰਦੇ ਨੇ ਤਾਰ ਵਾਲਾ ਫੋਨ ਬਣਾਤਾ ਸੀਗਾ ਉਨੇ ਉਦੋਂ ਬਣਾ ਕੇ ਕਿਹਾ ਹੁਣ ਯਾਰ ਪਤਾ ਨਹੀਂ ਮੈਂ ਕਿੱਡੀ ਕੀ ਚੀਜ਼ ਬਣਾਤੀ ਹੁਣ ਦੇਖੋ ਸਾਰੇ ਵਾਇਰਲੈਸ ਫੋਨ ਨੇ ਆਈਫੋਨ ਆ ਗਿਆ ਕਿਉਂਕਿ ਇਹ ਚੀਜ਼ ਦਾ ਐਂਡ ਪਤਾ ਕਿਸੇ ਨੂੰ ਨਹੀਂ ਜਿਹੜੀ ਗੱਲ ਹੁਣ ਆਪਾਂ ਕਰ ਰਹੇ ਹਾਂ ਅੱਜ ਤੋਂ 20 ਸਾਲ ਬਾਅਦ ਇਹ ਗੱਲਾਂ ਵੀ ਕੁਝ ਨਹੀਂ ਲੱਗਣੀਆਂ ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਸੀ ਨਾ ਕਿ ਇਹਨੂੰ ਕੁਦਰਤ ਨੂੰ ਜਾਂ ਰੱਬ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਕਿ ਪਤਾ ਹੀ ਨਹੀਂ ਇਹਦਾ ਬਧ ਰਹਾ ਤੇ ਦੁਨੀਆ ਦੇ ਸਭ ਤੋਂ ਬੈਸਟ ਫਿਲਾਸਫਰ ਸੋਕ੍ਰਾਟਿਸ ਦਾ ਵੀ ਇਹੀ ਕਹਿਣਾ ਉਹਦੀਆਂ ਬਹੁਤ ਇਹ ਮਸ਼ਹੂਰ ਲੈਣਾ ਕਿ ਆਲ ਆਈ ਨੋ ਇਜ਼ ਥੈਟ ਆਈ ਨੋ ਨਥਿੰਗ ਕੀ ਮੈਨੂੰ ਸਿਰਫ ਇਹੀ ਪਤਾ ਕਿ ਮੈਨੂੰ ਕੁਝ ਨਹੀਂ ਪਤਾ ਦੂਜੀ ਲਾਈਨ ਦੀ ਓਨਲੀ ਟ्रू ਵਿਜ਼ਡਮ ਇਜ਼ ਇਨ ਨੋਇੰਗ ਯੂ نو ਨਥਿੰਗ ਕਿ ਸਿਰਫ ਸੱਚੀ ਜਾਂ ਤਾਕਤਵਰ ਬੁੱਧੀ ਇਹੀ ਆ ਕਿ ਮੈਂ ਕੁਝ ਨਹੀਂ ਜਾਣਦਾ ਆਹੀ ਚੀਜ਼ ਮਿੱਤਰੋ ਮੈਂ ਫੀਲ ਕਰਕੇ ਤੁਹਾਨੂੰ ਕਹਿ ਰਿਹਾ ਜਿਵੇਂ ਉਹ ਵੀਰ ਕਹਿੰਦਾ ਸੀ ਕਿ ਪਹਿਲਾਂ ਤੁਸੀਂ ਆਹ ਚੀਜ਼ ਕਹਿੰਦੇ ਸੀ ਛੇ ਮੀਲਾ ਹੁਣ ਤੁਸੀਂ ਫਾਸਟਿੰਗ ਤੇ ਆ ਗਏ ਹੁਣ ਕਿੰਨੇ ਬੰਦੇ ਨੂੰ ਰਿਜ਼ਲਟ ਮਿਲਣਗੇ ਫਾਸਟਿੰਗ ਦੇ ਦੇਖੋ ਆਪਾਂ ਨੂੰ ਕੁਝ ਨਹੀਂ ਪਤਾ ਮੈਂ ਵੀ ਤੁਹਾਨੂੰ ਇਹੀ ਕਹਿ ਰਿਹਾ ਕਿ ਮੈਨੂੰ ਕੁਝ ਨਹੀਂ ਪਤਾ ਤੁਹਾਨੂੰ ਪਤਾ ਤੁਸੀਂ ਆਪਣੇ ਆਪ ਤੇ ਅਪਲਾਈ ਕਰਕੇ ਦੇਖਣਾ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਲੱਗ ਵੀ ਗਈਆਂ ਬਾਤ ਤੁਹਾਨੂੰ ਹੀ ਪਤਾ ਹੋਣਗੀਆਂ ਤੁਸੀਂ ਕਿਸੇ ਨੂੰ ਐਕਸਪਲੇਨ ਨਹੀਂ ਕਰ ਸਕਦੇ ਆਪਣੇ ਦੇ ਅਪਲਾਈ ਕਰੋ ਜ਼ਿੰਦਗੀ ਦਾ ਸੁਆਦ ਲਓ ਤੁਹਾਡੇ ਲਈ ਸਹੀ ਹੋਣੀ ਚਾਹੀਦੀ ਹੈ ਚੀਜ਼ ਜੇ ਲੋਕਾਂ ਦੀਆਂ ਸੁਣਾਂਗੇ ਇਹ ਤਾਂ ਹਰ ਇੱਕ ਨੇ ਆਪਣਾ ਆਪਣਾ opinion ਦੇਣਾ ਉਹ ਬੰਦਾ ਹੀ ਕੀ ਜਿਹੜਾ ਆਪਦੀ ਨਾ ਸੁਣੇ ਜਦੋਂ ਤੁਹਾਨੂੰ ਇਹ ਜੀ ਪਤਾ ਲੱਗਾ ਕਿ ਯਾਰ ਮੈਨੂੰ ਨਹੀਂ ਕੁਝ ਪਤਾ ਮੈਂ ਤਾਂ ਦੇਖਦਾ ਕਰਕੇ ਲਾਈਫ ਇਹੀ ਆ ਲਾਈਫ ਕਰਕੇ ਦੇਖਣੀ ਆ ਐਕਸਪੀਰੀਅੰਸ ਆ ਬੱਚਾ ਛੋਟਾ ਹੁੰਦਾ ਸਾਰੀ ਉਮਰ ਤੱਕ ਉਹ ਸਿੱਖਦਾ ਜਾਂਦਾ ਉਸ ਤੋਂ ਬਾਅਦ ਜਿਹੜੀ ਨਵੀਂ ਜਨਰੇਸ਼ਨ ਆਉਂਦੀ ਆ ਉਹਨਾਂ ਨੇ ਉੱਥੋਂ ਸਿੱਖਣਾ ਨਵੀਆਂ ਚੀਜ਼ਾਂ ਸਟਾਰਟ ਕਰਨੀਆਂ ਨੇ ਹੁਣ ਪਿਛਲੀਆਂ ਤੇ ਅੱਗੇ ਵਾਲੀਆਂ ਚੀਜ਼ਾਂ ਤੁਸੀਂ ਦੇਖਣੀਆਂ ਥੋਡੇ ਕੋਲ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਂ ਪਿੱਛੇ ਲੋਕ ਕੀ ਕਰਦੇ ਸੀ ਕੀ ਅਸੀਂ ਉਹ ਚੀਜ਼ਾਂ ਚੇਂਜ ਕਰਤੀਆਂ ਖਾਣਾ ਪੀਣਾ ਆਪਣਾ ਦੇਖਣਾ ਫਿਰ ਉਹ ਖਾਣਾ ਪੀਣਾ ਆਪਣੇ ਤੇ ਅਪਲਾਈ ਕਰਨਾ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਆਹ ਚੀਜ਼ ਸਾਡੇ ਲਈ ਸਹੀ ਨਹੀਂ ਤਾਂ ਤੁਸੀਂ ਆਪਣੀ ਡਾਈਟ ਚੇਂਜ ਕਰ ਲਓ ਤੁਹਾਡੇ ਹੱਥੇ ਆ ਕਿਉਂਕਿ ਐਂਡ ਆਫ ਦਿ ਡੇ ਤੁਸੀਂ ਆਪਣੇ ਆਪ ਨਾ ਨਿਪਟਣਾ ਕਿਸੇ ਨੇ ਤੁਹਾਡੇ ਕੰਮ ਨਹੀਂ ਆਉਣਾ ਜੇ ਤੁਹਾਡੀ ਕੋਈ ਖੁਸ਼ੀ ਆ ਫੇਰ ਭਾਵੇਂ ਆਉਗੀ ਆ ਜਬੇ ਤੁਸੀਂ ਕਹੋਗੇ ਯਾਰ ਬਾਈ ਮੈਂ ਤਾਂ ਪ੍ਰੋਗਰਾਮ ਕਰ ਰਿਹਾ ਕਿ ਖੁੱਲਾ ਖਾੜਾ ਜਿਹੜਾ ਮਰਜ਼ੀ ਆਜੋ ਫੇਰ ਚਾਰ ਤੁਹਾਡੇ ਕੋ ਆ ਵੀ ਜਾਣਗੇ ਜੇ ਕੱਲ ਨੂੰ ਤੁਹਾਡੇ ਤੇ ਕੋਈ ਮੁਸੀਬਤ ਪੈ ਗਈ ਕਰਜ ਆ ਗਿਆ ਪੇ ਥੋੜੇ ਤੋਂ ਹੀ ਬੰਦੇ ਭੱਜਣਗੇ ਕਿ ਯਾਰ ਇਹਨੂੰ ਨਾ ਫੋਨ ਲਾ ਲਈਂ ਤਾਂ ਪੈਸੇ ਮੰਗੂ ਠੀਕ ਹੈ ਜੀ ਸੋ ਤੁਸੀਂ ਆਪਣਾ ਦੇਖਣਾ ਵਧੀਆ ਇਨਫੋਰਮੇਸ਼ਨ ਸਿਰਫ ਵਧੀਆ ਬੰਦਿਆਂ ਲਈ ਆ ਹਰ ਇੱਕ ਚੀਜ਼ ਨਾ ਹਰ ਇੱਕ ਬੰਦੇ ਲਈ ਨਹੀਂ ਆਪਾਂ ਕਹਿ ਸਕਦੇ ਕਿ ਹੋ ਸਕਦੀ ਆ ਜੇ ਮੈਂ ਤੁਹਾਨੂੰ ਇਹ ਗੱਲਾਂ ਕਹਿ ਰਿਹਾ ਤਾਂ ਬਹੁਤ ਬੰਦੇ ਨੂੰ ਇਹ ਗੱਲ ਪਸੰਦ ਵੀ ਆਉਣਗੀਆਂ ਬਹੁਤ ਬੰਦਿਆਂ ਨੂੰ ਇਹ ਗੱਲ ਪਸੰਦ ਨਹੀਂ ਆਉਣੀਆਂ ਇਸ ਕਰਕੇ ਜਿਹੜਾ ਤੁਹਾਨੂੰ ਮਨ ਭਾਉਂਦਾ ਉਹ ਚੀਜ਼ ਚੇਂਜ ਕਰੋ ਕਿਉਂਕਿ ਜੇ ਬੰਦਾ ਆਪਣੇ ਆਪ 'ਚ ਬਦਲਾਅ ਨਹੀਂ ਕਰਦਾ ਨਾ ਹੁਣ ਨੂੰ ਤਾਂ ਫਿਰ ਬਾਂਦਰ ਹੁੰਦੇ ਆਪਾਂ ਬਾਂਦਰ ਤੋਂ ਇਨਸਾਨ ਨਾ ਬਣਦੇ ਤੇ ਅੰਦਰੋਂ ਕਰਨਾ ਪੈਣਾ ਆਪਣੀਆਂ ਆਈਡੀਆ ਤੇ ਵਧੀਆ ਚੀਜ਼ ਲਿਖਣ ਨਾਲੋਂ ਜਾਂ ਆਪਣੇ ਫੋਨ ਨਾਲ ਤੇ ਵਧੀਆ ਚੀਜ਼ ਲਿਖਣ ਨਾਲੋਂ ਦਿਖਾ ਆਪਾਂ ਇਹ ਰਹੇ ਹਾਂ ਆਪਣੇ ਸਟੇਟਸ ਤਾਂ ਬਹੁਤ ਸੋਹਣੇ ਪਾਏ ਹੁੰਦੇ ਨੇ ਕਿ ਹਾਂ ਅਸੀਂ ਆਏ ਹਾਂ ਪਰ ਅੰਦਰੋਂ ਗੱਲ ਤਾਂ ਅੰਦਰ ਦੀ ਆ ਕਿਉਂਕਿ ਸਾਰੇ ਜੋਰ ਜਨ ਆਪਾਂ ਬਾਹਰੀ ਲਾ ਦਿੰਨੇ ਆ ਕਿਉਂਕਿ ਇੱਥੇ ਪਤਾ ਹੀ ਲੱਗਦਾ ਬੰਦੇ ਦੀ ਜੇ ਆਈਡੀ ਤੇ ਜਾਵਾਂਗੇ ਉਹਦੇ ਲਿਖੇ ਹੁੰਦੇ ਨੇ ਸ਼ਬਦ ਬਹੁਤ ਵਧੀਆ ਗਰਮਾਣੀ ਚੋਂ ਪਰ ਬੰਦਾ ਪਤਾ ਨਹੀਂ ਅੰਦਰੋਂ ਕਹੇ ਜਾ ਹੁੰਦਾ ਸੋ ਉੱਪਰਲੀ ਚੀਜ਼ ਤੇ ਨਹੀਂ ਜਾਣਾ ਆਪਣੇ ਤੇ ਬਸ ਆਪਣੇ ਤੇ ਅਪਲਾਈ ਕਰੋ ਤੁਸੀਂ ਸਿੱਖਣਾ ਕਰੋ ਅਪਲਾਈ ਸਿੱਖੋ ਗਿਰਾਂਗੇ ਉੱਠਾਂਗੇ ਗਿਰਾਂਗੇ ਉੱਠ ਫੇਰ ਪਤਾ ਲੱਗਣਾ ਕਿ ਯਾਰ ਕਿਹੜੀ ਚੀਜ਼ ਮੇਰੇ ਲਈ ਬੈਸਟ ਆਗੇਨ ਆਪਾਂ ਨੂੰ ਕੁਝ ਨਹੀਂ ਪਤਾ ਮੈਂ ਫੇਰ ਤੋਂ ਕਹਣਾ ਆਪਾਂ ਨੂੰ ਕੁਝ ਨਹੀਂ ਪਤਾ ਕਰਕੇ ਐਕਸਪੀਰੀਅੰਸ ਦੇਖੀ ਚੱਲੋ ਜ਼ਿੰਦਗੀ ਦਾ ਸੁਆਦ ਲਈ ਚੱਲੋ ਹੁਣ ਆਪਾਂ ਮਿਲਦੇ ਆਂ ਨੈਕਸਟ ਵਨ ਚ ਦਿਸ ਇਜ਼ ਹਰੀ ਮਡੇਰ ਵਾਇਗਰੂ ਮੇਰ ਕਰੇ